ਇੰਡੀਆ ਨਿਊਜ਼ ਗੱਲ ਕਰਾਂਗੇ ਫਿਲਹਾਲ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦੇ ਵਿਗੜਨ ਦੀ, ਕਿਉਂਕਿ ਲਗਾਤਾਰ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਆਖਿਰਕਾਰ ਕੌਣ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲਾ ਜਾਂਦਾ ਅਤੇ ਫਿਰ ਉਸਦਾ ਪਤਾ ਵੀ ਨਹੀਂ ਲੱਗਦਾ, ਇਸ ਤੋਂ ਬਾਅਦ ਉਸਨੂੰ ਸਿਆਸਤੀ ਰੰਗਤ ਦਿੱਤੀ ਜਾਂਦੀ ਹੈ, ਕਿਉਂਕਿ ਮਸਲਾ ਇਹ ਹੈ ਕਿ ਜਿਹੜੇ ਲੋਕ ਮਾਰੇ ਨੇ ਉਹ ਵੀ ਸਿਆਸੀ ਨੇ। ਗੱਲ ਕਰ ਰਹੇ ਹਾਂ ਅਕਾਲੀ ਆਗੂ ਹਾਲ ਦੇ ਵਿੱਚ ਦੋ ਜਿਹੜੇ ਨੇ ਬੀਤੇ ਦਿਨ ਕੁਛ ਦਿਨਾਂ ਤੋਂ ਪਹਿਲਾਂ ਜਿਹੜੇ ਨੇ ਉਹਨਾਂ ਦਾ ਕਤਲ ਹੋਇਆ, ਉਸਦੇ ਵਿੱਚ ਫਿਲਹਾਲ ਵੱਡੀ ਖਬਰ ਹੈ। ਅਕਾਲੀ ਆਗੂਆਂ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਖਬਰ ਦੀ ਗੱਲ ਕਰ ਰਹੇ ਹਾਂ। ਅੱਜ ਪਰਿਵਾਰਾਂ ਦੇ ਨਾਲ ਅਕਾਲੀ ਦਲ ਯਾਨੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੁਲਾਕਾਤ ਕਰਨਗੇ। ਅਕਾਲੀ ਆਗੂਆਂ ਦੇ ਕਤਲ ਦੇ ਮਾਮਲੇ ਵਿੱਚ ਫਿਲਹਾਲ ਵੱਡੀ ਖਬਰ ਦੀ ਗੱਲ ਕਰਦਾ ਸੀ ਕਿ ਦਲਵੀ ਫਿਰਮਾ ਅਤੇ ਗੁਰਦੀਪ ਸਿੰਘ ਦਾ ਕਤਲ ਕੀਤਾ ਗਿਆ ਅਤੇ ਦੋਵਾਂ ਦਾ ਇੱਕ ਹੀ ਸੂਰਤ ਦੇ ਵਿੱਚ ਕਤਲ ਕੀਤਾ ਗਿਆ, ਗੋਲੀਆਂ ਮਾਰ ਕੇ ਹੀ ਦੋਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਅਕਾਲੀ ਆਗੂਆਂ ਦਾ ਕਤਲ ਜਿਸ ਮਾਮਲੇ ਦੇ ਵਿੱਚ ਹੁਣ ਤੱਕ ਅਕਾਲੀ ਆਗੂ ਮੋਹਰੇ ਹੋ ਕੇ ਅਕਾਲੀ ਲੀਡਰ ਮੋਹਰੇ ਹੋ ਕੇ ਇਸ ਮਸਲੇ ਦੇ ਵਿੱਚ ਕਾਰਵਾਈ ਦੀ ਮੰਗ ਕਰ ਰਹੇ ਸਨ ਲਗਾਤਾਰ। ਬੇਸ਼ੱਕ ਉਹ ਰਾਜਪਾਲ ਨੂੰ ਮੰਗ ਪੱਤਰ ਸੌਂਪਣਾ ਹੋਵੇ, ਬੇਸ਼ੱਕ ਪ੍ਰੈਸ ਕਾਨਫਰੰਸ ਕਰਨੀ ਹੋਵੇ ਜਾਂ ਫਿਰ ਕਾਂਗਰਸ ਦੇ ਲਗਾਤਾਰ ਨਿਸ਼ਾਨੇ ਸਾਧੇ, ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਸਿਆਸਤੀ ਹੋਣ ਦੇ ਕਰਕੇ ਕਤਲ ਜਿਹੜੇ ਨੇ ਹੋਏ ਨੇ, ਉਸ ਤੋਂ ਬਾਅਦ ਕਾਰਵਾਈ ਵੀ ਨਹੀਂ ਹੋ ਰਹੀ, ਇਸਦਾ ਸਿੱਧਾ ਸਬੂਤ ਇਹ ਹੈ ਕਿ ਇਹ ਮਸਲਾ ਸਿਆਸਤੀ ਹੈਗਾ ਸਾਰਾ। ਮਜੀਠਾ ਦੇ ਪਿੰਡ ਦੀ ਗੱਲ ਕਰੀਏ, ਉਮਰਪੁਰਾ ਜਿੱਥੇ ਅਕਾਲੀ ਆਗੂ ਗੁਰਦੀਪ ਸਿੰਘ ਦਾ ਕਤਲ ਹੋਇਆ, ਅਤੇ ਜਾਂ ਫਿਰ ਗੱਲ ਕੀਤੀ ਜਾਵੇ ਢਿਲਵਾਂ ਦੀ, ਬਟਾਲਾ ਦਾ ਪਿੰਡ ਢਿਲਵਾਂ ਜਿੱਥੇ ਕਿ ਦਲਬੀਰ ਸਿੰਘ ਢਿਲਵਾਂ ਦਾ ਕਤਲ। ਸੋ ਫਿਲਹਾਲ ਗੱਲ ਕੀਤੀ ਜਾਵੇ ਤਾਂ ਅੱਜ ਗੁਰਦੀਪ ਸਿੰਘ ਜੋ ਕਿ ਅਕਾਲੀ ਸਰਪੰਚ ਉਸਦੇ ਪਤੀ, ਉਹਨਾਂ ਦਾ ਅੱਜ ਭੋਗ ਹੈ ਜਿਸ ਦੇ ਮੌਕੇ 'ਤੇ ਸੁਖਬੀਰ ਸਿੰਘ ਬਾਦਲ ਪਹੁੰਚਣਗੇ ਅਤੇ ਉਸ ਤੋਂ ਬਾਅਦ ਉਹ ਬਟਾਲਾ ਦੇ ਵਿੱਚ ਆ ਕੇ ਵੀ ਦਲਬੀਰ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਲਗਾਤਾਰ ਮਸਲਾ ਜਿਹੜਾ ਗੰਭੀਰ ਬਣਦਾ ਜਾ ਰਿਹਾ, ਅਜੇ ਤੱਕ ਦਲਬੀਰ ਢਿਲਵਾਂ ਮਾਮਲੇ ਵਿੱਚ ਅਸਲ ਦੋਸ਼ੀ ਜਿਹੜੇ ਨੇ ਉਹ ਫਰਾਰ ਨੇ, ਉਹਨਾਂ ਨੂੰ ਕਾਬੂ ਨਹੀਂ ਕੀਤਾ ਗਿਆ। ਉੱਥੇ ਦੂਸਰੇ ਪਾਸੇ ਤਾਜ਼ਾ ਮਾਮਲਾ ਹੁਣ ਹਾਲ ਦੇ ਵਿੱਚ ਸਾਹਮਣੇ ਆਇਆ ਗੁਰਦੀਪ ਸਿੰਘ ਦਾ, ਜੋ ਕਿ ਇੱਕ ਧਾਰਮਿਕ ਵਿਅਕਤੀ ਵਾਲੀ ਸ਼ਖਸੀਅਤ ਵੀ ਸਨ, ਉਸ ਤੋਂ ਇਲਾਵਾ ਸਮਾਜ ਸੇਵੀ ਵੀ ਸਨ ਅਤੇ ਅਕਾਲੀ ਸਰਪੰਚ ਉਹਨਾਂ ਦੇ ਪਤੀ ਵੀ ਸਨ। ਉਸ ਨੂੰ ਲੈ ਕੇ ਫਿਲਹਾਲ ਅੱਜ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਬਾਦਲ ਅਗਵਾਈ ਕਰਨਗੇ, ਖਾਸ ਤੌਰ 'ਤੇ ਮਿਲਣਗੇ ਭੋਗ ਦੇ ਮੌਕੇ, ਪਹਿਲਾਂ ਜਾਣਗੇ ਗੁਰਦੀਪ ਸਿੰਘ ਦੇ ਪਰਿਵਾਰ ਦੇ ਕੋਲ, ਉੱਥੋਂ ਦੂਸਰੇ ਪਾਸੇ ਢਿਲਵਾਂ 'ਚ ਬਟਾਲਾ ਦੇ ਵਿੱਚ ਢਿਲਵਾਂ ਦੇ ਵਿੱਚ ਜਾਣਗੇ ਅਤੇ ਦਲਬੀਰ ਢਿਲਵਾਂ ਦੇ ਕਤਲ ਮਾਮਲੇ ਦੇ ਵਿੱਚ ਦੁੱਖ ਸਾਂਝਾ ਕਰਨਗੇ ਪਰਿਵਾਰ ਦੇ ਨਾਲ, ਅਤੇ ਨਾਲ ਹੀ ਇਸ ਤੋਂ ਇਲਾਵਾ ਮਸਲਾ ਵੀ ਜਿਹੜਾ ਗੰਭੀਰ ਹੈ ਹਜੇ ਤੱਕ ਕਾਰਵਾਈ ਨਹੀਂ ਹੋਈ, ਉਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾਏਗੀ। ਦੱਸੀਏ ਕਿ ਪਿਛਲੇ ਹਾਲੇ ਦੇ ਦਿਨਾਂ ਦੇ ਵਿੱਚ ਜੋ ਅਕਾਲੀ ਆਗੂਆਂ ਦਾ ਕਤਲ ਹੋਇਆ ਹੈਗਾ, ਉਸ ਤੋਂ ਲੈ ਕੇ ਸਿਆਸਤ ਲਗਾਤਾਰ ਜਾ ਰਹੀ ਹੈ। ਵੱਡਾ ਮਸਲਾ ਇਹ ਹੈ ਕਿ ਕਾਂਗਰਸ ਜਿਹੜੀ ਇਸ 'ਤੇ ਚੁੱਪ ਬੈਠੀ ਹੋਈ ਹੈ, ਹਜੇ ਤੱਕ ਕਿਸੇ ਦਾ ਬਿਆਨ ਕੋਈ ਅਜਿਹਾ ਸਾਹਮਣੇ ਨਹੀਂ ਆਇਆ ਜਿਸ ਤੋਂ ਇਸਦੇ ਸਾਫ਼ ਹੋ ਸਕੇ। ਉਹ ਅੱਜ ਸੁਖਬੀਰ ਬਾਦਲ ਖੁਦ ਜਾਣਗੇ ਅਤੇ ਖੁਦ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ। ਸੋ ਪਹਿਲਾਂ ਬਿਕਰਮ ਮਜੀਠੀਆ ਜਿਹੜੇ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ, ਮੰਗ ਵੀ ਕੀਤੀ ਗਈ। ਅਤੇ ਵੱਡਾ ਮਸਲਾ ਬਣਿਆ ਹੋਇਆ ਦੋਵਾਂ ਦਾ ਕਤਲ ਮਾਮਲੇ ਦੇ ਵਿੱਚ, ਭੋਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਜੀ। ਭੋਪਾਲ ਤੁਹਾਡੇ ਕੋਲ ਆਉਣਾ ਚਾਹਾਂਗੇ ਅਤੇ ਜਾਣਨਾ ਚਾਹਾਂਗੇ, ਅਗਰ ਇਹਨਾਂ ਦੋਵਾਂ ਮਸਲਿਆਂ ਦੀ ਗੱਲ ਕੀਤੀ ਜਾਵੇ, ਹੁਣ ਤੱਕ ਪੁਲਿਸ ਦੇ ਵੱਲੋਂ ਵੈਰੀਫਿਕੇਸ਼ਨ ਦੀ ਕੀ ਸਟੇਟਸ ਰਿਪੋਰਟ ਹੈਗੀ ਹੈ? ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਬੀਤੀ 18 ਨਵੰਬਰ ਨੂੰ ਬਟਾਲਾ ਦੇ ਪਿੰਡ ਢਿਲਵਾਂ ਦੇ ਵਿੱਚ ਪੂਰਵ ਅਕਾਲੀ ਸਰਪੰਚ ਜੋ ਦਲਬੀਰ ਸਿੰਘ ਸਨ, ਉਹਨਾਂ ਦਾ ਪਿੰਡ ਦੇ ਹੀ ਲੋਕਾਂ ਨੇ ਕਤਲ ਕਰ ਦਿੱਤਾ ਸੀ, ਪਿੰਡ ਦੇ ਵਿੱਚ ਹੀ ਗੋਲੀਆਂ ਮਾਰ ਕੇ। ਤਾਂ ਉਸ ਤੋਂ ਬਾਅਦ ਇੱਕ ਦੂਸਰਾ ਮਾਮਲਾ ਸਾਹਮਣੇ ਆਇਆ ਸੀ ਮਜੀਠਾ ਦੇ ਵਿੱਚ,
ਜੀਠਾ ਹਲਕੇ ਦੇ ਵਿੱਚ ਵੀ ਅਕਾਲੀ ਸਰਪੰਚ ਦੇ ਪਤੀ ਜਿਹੜੇ ਨੇ ਗੁਰਦੀਪ ਸਿੰਘ, ਉਹਨਾਂ ਦਾ ਵੀ ਕਤਲ ਕੀਤਾ ਗਿਆ ਸੀ। ਤਾਂ ਜੇ ਗੱਲ ਕੀਤੀ ਜਾਵੇ ਢਿਲਵਾਂ ਦੇ ਦਲਵੀਰ ਸਿੰਘ ਦੇ ਕਤਲ ਮਾਮਲੇ ਦੀ, ਤਾਂ ਉਹਦੇ ਵਿੱਚ ਪੁਲਿਸ ਨੇ 8 ਲੋਕਾਂ ਨੂੰ ਨਾਮਜ਼ਦ ਕੀਤਾ ਸੀ, ਜਿਸ ਦੇ ਵਿੱਚੋਂ ਕਿਸੇ ਨੂੰ ਵੀ ਪਕੜਿਆ ਨਹੀਂ ਸੀ ਜਾ ਰਿਹਾ। ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵੱਲੋਂ ਦਲਵੀਰ ਸਿੰਘ ਦੇ ਪਰਿਵਾਰ ਦੇ ਨਾਲ ਮਿਲ ਕੇ ਪੁਲਿਸ 'ਤੇ ਦਬਾਅ ਬਣਾਉਣਾ ਸ਼ੁਰੂ ਕੀਤਾ, ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕੀਤੇ, ਮੰਗ ਪੱਤਰ ਦਿੱਤੇ ਗਏ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ, ਬਟਾਲਾ ਪੁਲਿਸ ਦੇ ਵੱਲੋਂ 3 ਲੋਕਾਂ ਨੂੰ ਫੜ ਲਿਆ ਗਿਆ ਹੈ। ਪਰ ਹਾਲੇ ਬਾਕੀ ਦੇ ਜਿਹੜੇ ਨੇ ਦੋਸ਼ੀ, ਉਹ ਹਾਲੇ ਵੀ ਫਰਾਰ ਨੇ, ਜਿਨ੍ਹਾਂ ਦੇ ਵਿੱਚ 2 ਮੁੱਖ ਦੋਸ਼ੀ ਦੱਸੇ ਜਾ ਰਹੇ ਨੇ, ਕਿਉਂਕਿ ਇੱਕ ਹੀ ਪਰਿਵਾਰ ਦੇ ਵੱਲੋਂ ਇਹ ਕਤਲ ਕੀਤਾ ਗਿਆ ਸੀ, ਜਿਸ ਦੇ ਵਿੱਚ ਪਿਓ ਅਤੇ 2 ਪੁੱਤਰ ਵੀ। ਗੋਪਾਲ ਸਿੰਘ, ਮੈਂ ਰੋਕ ਕੇ ਤੁਹਾਨੂੰ ਜਾਣਨਾ ਚਾਹਾਂਗੀ, ਜਿੰਨੇ ਮੁਲਜ਼ਮ ਹੁਣ ਤੱਕ ਫਰਾਰ ਹੋਏ ਨੇ, ਕੀ ਉਹਨਾਂ ਨੇ ਆਪਣੇ ਮੂੰਹੋਂ ਕੁਝ ਕਬੂਲ ਕੀਤਾ, ਕਿਉਂ ਇਹ ਕਤਲ ਕੀਤਾ ਗਿਆ? ਹਾਂਜੀ ਬਿਲਕੁਲ, ਜੇ ਪੁਲਿਸ ਦੇ ਵੱਲੋਂ ਜੋ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਮੁੱਖ ਦੋਸ਼ੀ ਪਕੜਿਆ ਗਿਆ ਸੀ ਦਲਬੀਰ ਸਿੰਘ ਕਤਲ ਮਾਮਲੇ ਦੇ ਵਿੱਚ, ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਨੂੰ ਲੈ ਕੇ ਕਤਲ ਕੀਤਾ ਗਿਆ, ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਇਹ ਰਾਜਨੀਤਿਕ ਤੌਰ 'ਤੇ, ਰਾਜਨੀਤਿਕ ਸ਼ਹਿ 'ਤੇ ਕਤਲ ਹੋਇਆ। ਤਾਂ ਹਾਲੇ ਫਿਲਹਾਲ ਪੁਲਿਸ ਕਿਸੇ ਵੀ ਨਤੀਜੇ ਉੱਤੇ ਨਹੀਂ ਪਹੁੰਚਦੀ ਦਿਖਾਈ ਦੇ ਰਹੀ, ਜਦ ਤੱਕ ਬਾਕੀ ਦੋਸ਼ੀਆਂ ਨੂੰ ਨਹੀਂ ਪਕੜਿਆ ਜਾਂਦਾ। ਕਾਫੀ ਦਿਨ ਬੀਤ ਚੁੱਕੇ ਨੇ ਗੁਰਜੋਤ, ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਅਗਰ ਦੇਖਿਆ ਜਾਵੇ ਤਾਂ ਜਿਹੜੇ ਆਰੋਪੀ ਸੀ ਉਹਨਾਂ ਨੂੰ ਪਕੜਨਾ ਬਣਦਾ ਸੀ ਪੁਲਿਸ ਵੱਲੋਂ, ਪਰ ਹਾਲੇ ਤੱਕ ਪਕੜਿਆ ਨਹੀਂ ਗਿਆ। ਤਾਂ ਇਸੇ ਮਾਮਲੇ ਨੂੰ ਲੈ ਕੇ ਅੱਜ ਗੁਰਦੀਪ ਸਿੰਘ, ਜੋ ਮਜੀਠਾ ਹਲਕੇ ਦੇ ਵਿੱਚ ਜਿਨ੍ਹਾਂ ਦਾ ਕਤਲ ਕੀਤਾ ਗਿਆ, ਉਹਨਾਂ ਦਾ ਅੱਜ ਭੋਗ ਹੈਗਾ, ਅੰਤਿਮ ਅਰਦਾਸ ਹੈ। ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹ ਉੱਥੇ ਪਹੁੰਚਣਗੇ, ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਣਗੇ, ਅਤੇ ਨਾਲ ਹੀ ਉਸ ਤੋਂ ਬਾਅਦ ਢਿਲਵਾਂ, ਜੋ ਬਟਾਲਾ ਦੇ ਨਜ਼ਦੀਕ ਪਿੰਡ ਪੈਂਦਾ ਹੈ, ਉੱਥੇ ਆ ਕੇ ਦਲਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਜੋ ਉੱਥੇ ਆ ਕੇ ਮਿਲਣਗੇ, ਉਹਨਾਂ ਨਾਲ ਵੀ ਦੁੱਖ ਸਾਂਝਾ ਕਰਨਗੇ। ਤਾਂ ਉਸ ਤੋਂ ਬਾਅਦ ਅਗਲੀ ਕੀ ਰੂਪਰੇਖਾ ਰਹਿੰਦੀ ਹੈ ਅਕਾਲੀ ਦਲ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ, ਇਹ ਉੱਥੇ ਹੀ ਪਤਾ ਚੱਲੇਗਾ। ਪਰ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਨਾਂ ਦੋਨਾਂ ਮਾਮਲਿਆਂ ਨੂੰ ਲੈ ਕੇ ਸਰਕਾਰ ਦੇ ਉੱਤੇ ਵੀ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਲਗਾਤਾਰ ਹੀ ਦਬਾਅ ਬਣਾਉਂਦਾ ਦਿਖਾਈ ਦੇ ਰਿਹਾ ਜੀ। ਬਿਲਕੁਲ, ਖਾਸ ਤੌਰ 'ਤੇ ਗੱਲ ਕਰੀਏ ਤਾਂ ਇਸ ਮਸਲੇ ਦੀ, ਤਾਂ ਮਜੀਠੀਆ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ, ਬੇਸ਼ੱਕ ਉਹ ਪ੍ਰੈਸ ਕਾਨਫਰੰਸ ਦੇ ਰਾਹੀਂ ਹੋਵੇ ਜਾਂ ਬੇਸ਼ੱਕ ਪਰਿਵਾਰ ਉਹਨਾਂ ਦੇ ਨਾਲ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ, ਰਾਜਪਾਲ ਨੂੰ ਮੰਗ ਪੱਤਰ ਸੌਂਪਿਆ, ਲਗਾਤਾਰ ਮਸਲਾ ਗੰਭੀਰ ਬਣਦਾ ਹੋ ਰਿਹਾ, ਪਰ ਉਸਦੇ ਬਾਵਜੂਦ ਅਜੇ ਤੱਕ ਬਹੁਤੀ ਜ਼ਿਆਦਾ ਕਾਰਵਾਈ ਨਜ਼ਰ ਨਹੀਂ ਆਈ ਹੈ। ਗੁਰਦੀਪ ਸਿੰਘ ਮਾਮਲੇ ਦੀ ਗੱਲ ਕਰੀਏ ਤਾਂ ਹੁਣ ਤੱਕ ਕਿੰਨਾ ਕੁ ਨੂੰ ਕਾਬੂ ਕੀਤਾ ਗਿਆ, ਕਿੱਥੇ ਕੁ ਤੱਕ ਇਹ ਮਸਲਾ ਪਹੁੰਚਿਆ, ਕਿਉਂਕਿ ਅੱਜ ਭੋਗ ਹੈਗਾ, ਉਸ ਮੌਕੇ 'ਤੇ ਪਹੁੰਚਣਗੇ, ਅੱਜ ਕੀ ਕੁਝ ਖਾਸ ਜਿਹੜਾ ਹੈ ਉਹ ਸੁਖਬੀਰ ਬਾਦਲ ਜਾਂ ਫਿਰ ਅਕਾਲੀ ਦਲ ਦੇ ਵੱਲੋਂ ਇਸ ਮਸਲਿਆਂ ਦੇ ਵਿੱਚ ਗੰਭੀਰਤਾ ਦੇ ਨਾਲ ਚੁੱਕਿਆ ਜਾਏਗਾ, ਕਿਸ ਮੁੱਦੇ ਨੂੰ ਅੱਜ ਖਾਸ ਤੌਰ 'ਤੇ ਕਿਹਾ ਜਾਏਗਾ, ਕਿਉਂਕਿ ਲਗਾਤਾਰ ਇਹ ਜਿਹੜਾ ਮਸਲਾ ਹੈਗਾ ਸਾਰਾ, ਗੋਪਾਲ ਸਿੰਘ, ਅਸੀਂ ਸਭ ਜਾਣਦੇ ਹਾਂ ਕਿ ਕਿਹਾ ਜਾ ਰਿਹਾ ਕਿ ਕਾਂਗਰਸ ਨੇ ਆਪਣੀ ਸਿਆਸੀ ਰੰਗਤ ਵਾਸਤੇ, ਆਪਣੇ ਸਿਆਸੀ ਲਾਹੇ ਵਾਸਤੇ ਇਹਨਾਂ ਸੀਨੀਅਰ ਅਕਾਲੀ ਆਗੂਆਂ ਦਾ ਜਿਹੜਾ ਉਹ ਕਤਲ ਕਰਵਾਇਆ, ਇਸ ਤਰੀਕੇ ਦੇ ਨਾਲ ਇਹ ਸਭ ਬਿਆਨ ਲਗਾਏ ਜਾ ਰਹੇ ਨੇ, ਇਲਜ਼ਾਮ ਲਗਾਏ ਜਾ ਰਹੇ ਨੇ। ਅਜੇ ਬਿਲਕੁਲ ਗੁਰਜੋਤ, ਇਹ ਤਾਂ ਬਿਲਕੁਲ ਸਹੀ ਸਾਬਤ ਹੁੰਦਾ, ਕਿਉਂਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਮਿਹਨਤੀ ਵਰਕਰ ਜਿਹੜਾ ਹੁੰਦਾ, ਉਸਦੇ ਕੰਮਕਾਰ ਤੋਂ ਜਾਂ ਉਸਦੇ ਆਸ ਪਾਸ ਦੇ ਇਲਾਕੇ ਦੇ ਵਿੱਚ ਕੀਤੇ ਗਏ ਕੰਮਾਂ ਤੋਂ ਲੈ ਕੇ ਦੂਸਰੀ ਰਾਜਨੀਤਿਕ ਵਿਰੋਧੀ ਪਾਰਟੀ ਜਿਹੜੀਆਂ ਕਿਤੇ ਨਾ ਕਿਤੇ ਜ਼ਰੂਰ ਦੁਖੀ ਹੁੰਦੀਆਂ ਨੇ, ਕਿਉਂਕਿ ਇਹਨਾਂ ਵਰਕਰਾਂ ਦੇ ਕਾਰਨ ਹੀ ਜਿਹੜੀ ਪਾਰਟੀ ਹੈ ਉਹ ਮਜ਼ਬੂਤ ਹੁੰਦੀ ਹੈ ਅਤੇ ਕਿਸੇ ਲੈਵਲ 'ਤੇ ਪਹੁੰਚ ਕੇ ਸੱਤਾ ਉੱਤੇ ਕਾਬਜ ਹੁੰਦੀ ਹੈ। ਤਾਂ ਦੂਸਰੀ ਵਿਰੋਧੀ ਪਾਰਟੀ ਜਿਹੜੀਆਂ ਹੁੰਦੀਆਂ ਨੇ, ਉਹਨਾਂ ਦੀ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਵਰਕਰ ਹੁੰਦੇ ਨੇ ਮਿਹਨਤੀ, ਉਹ ਰੜਕਣੇ ਸ਼ੁਰੂ ਹੋ ਜਾਂਦੇ ਨੇ। ਤਾਂ ਕਿਤੇ ਨਾ ਕਿਤੇ ਹੁਣ ਜੇ ਅਗਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਤਾਂ ਉਹ ਆਪਣੀ ਵਰਕਰਾਂ ਦੇ ਪਿੱਛੇ ਖੜਾ ਦਿਖਾਈ ਦੇ ਰਿਹਾ ਹੈ। ਤਾਂ ਹੁਣ ਵੀ ਲਗਾਤਾਰ ਹੀ ਇਸ ਦੋਨਾਂ ਕਤਲਾਂ, ਮਤਲਬ ਕਤਲਾਂ ਨੂੰ ਲੈ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਕੜਨ ਵਾਸਤੇ ਦਬਾਅ ਵੀ ਬਣਾਉਂਦਾ ਦਿਖਾਈ ਦੇ ਰਿਹਾ। ਅਗਲੀ ਰੂਪਰੇਖਾ ਕੀ ਰਹੇਗੀ, ਅੱਜ ਪ੍ਰਧਾਨ ਜਿਹੜੇ ਨੇ ਸੁਖਬੀਰ ਬਾਦਲ ਉਹ ਪਹੁੰਚ ਰਹੇ ਨੇ, ਦੋਨਾਂ ਜਗ੍ਹਾ ਉੱਤੇ ਜਾਣਗੇ, ਫਿਰ ਹੀ ਉੱਥੇ ਪਤਾ ਚੱਲ ਜਾਏਗਾ ਕਿ ਅਗਲੀ ਉਹਨਾਂ ਦੀ ਰੂਪਰੇਖਾ ਕੀ ਹੋਏਗੀ। ਫਿਲਹਾਲ ਅਕਾਲੀ ਦਲ ਵੱਲੋਂ ਵੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਪੁਲਿਸ ਦੇ ਉੱਤੇ ਇਹੀ ਦਬਾਅ ਬਣਾਇਆ ਜਾ ਰਿਹਾ ਕਿ ਜਿਹੜੇ ਫਰਾਰ ਆਰੋਪੀ ਨੇ ਉਹਨਾਂ ਨੂੰ ਪਕੜਿਆ ਜਾਵੇ। ਜੀ ਜੀ ਬਿਲਕੁਲ, ਠੀਕ ਹੈ। ਇਸ ਤੋਂ ਇਲਾਵਾ ਹੋਰ ਕੋਈ ਕੁਝ ਜਾਣਕਾਰੀ, ਨਹੀਂ ਤਾਂ ਫਿਰ ਇਜਾਜ਼ਤ ਲੈਣ ਨੇ ਤੁਹਾਡੇ ਤੋਂ ਗੋਪਾਲ ਸਿੰਘ ਇਸ ਮਸਲਿਆਂ ਨੂੰ ਲੈ ਕੇ।
ਜੀ ਬਿਲਕੁਲ ਗੁਰਜੋਤ, ਤੁਹਾਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਮਜੀਠਾ ਦੇ ਵਿੱਚ ਵੀ ਜਿਹੜਾ ਕਤਲ ਹੋਇਆ ਉਸਦੇ ਵੀ ਦੋਸ਼ੀ ਜਿਹੜੇ ਨੇ ਹਾਲੇ ਪੁਲਿਸ ਵੱਲੋਂ ਫੜੇ ਨਹੀਂ ਜਾ ਰਹੇ। ਪਤਾ ਨਹੀਂ ਕੀ ਕਾਰਨ ਹੁੰਦਾ ਕਿ ਪੁਲਿਸ ਇਹਨਾਂ ਮਸਲਿਆਂ ਦੇ ਵਿੱਚ ਆ ਕੇ ਇਹ ਆਪਣੇ ਜਿਹੜੇ ਕਦਮ ਆ ਉਹ ਤੇਜ਼ੀ ਨਾਲ ਚੁੱਕਦੀ ਨਹੀਂ ਦਿਖਾਈ ਦਿੰਦੀ, ਜਦਕਿ ਇਹਨਾਂ ਮਸਲਿਆਂ ਦੇ ਵਿੱਚ ਪੁਲਿਸ ਨੂੰ ਲਗਾਤਾਰ ਹੀ ਮੁਸ਼ਤੈਦੀ ਵਰਤਦੇ ਹੋਏ, ਚੌਕਸੀ ਵਰਤਦੇ ਹੋਏ ਜਿਹੜੇ ਫਰਾਰ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਫੜ ਲੈਣਾ ਚਾਹੀਦਾ ਹੈ ਤਾਂ ਕਿ ਇਹ ਮਸਲੇ ਠੰਡੇ ਬਸਤੇ ਵਿੱਚ ਪੈ ਸਕਣ। ਜਦ ਤੱਕ ਫੜੇ ਨਹੀਂ ਜਾਂਦੇ ਤਦ ਤੱਕ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਜ਼ਖਮ ਵੀ ਅੱਲੇ ਰਹਿੰਦੇ ਨੇ। ਅਗਰ ਦੋਸ਼ੀ ਜਾਂ ਆਰੋਪੀ ਪਕੜੇ ਜਾਣਗੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੁੱਖ ਦਾ ਸਾਹ ਆਏਗਾ, ਪਰਿਵਾਰਕ ਮੈਂਬਰਾਂ ਨੂੰ ਵੀ ਕਿਤੇ ਨਾ ਕਿਤੇ ਇਨਸਾਫ਼ ਮਿਲਣ ਦੀ ਉਮੀਦ ਜਾਗੇਗੀ। ਪਰ ਜੇ ਆਰੋਪੀ ਨਹੀਂ ਪਕੜੇ ਜਾਣਗੇ ਤਾਂ ਇਨਸਾਫ਼ ਕਿਸ ਤਰ੍ਹਾਂ ਮਿਲ ਪਾਏਗਾ, ਇਹ ਸੋਚਣ ਵਾਲੀ ਗੱਲ ਹੈ ਜੀ। ਬਿਲਕੁਲ ਬਿਲਕੁਲ, ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਭੋਪਾਲ ਸਿੰਘ ਜੁੜਨ ਦੇ ਲਈ ਸਾਡੇ ਨਾਲ। ਸੋ ਵੱਡਾ ਮਸਲਾ ਗੰਭੀਰ ਬਣਿਆ ਹੋਇਆ, ਇੱਕ ਵਾਰ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਦੇ ਹਾਂ। ਦੱਸ ਦਿੰਦੇ ਕਿ ਸਾਰਾ ਮਾਮਲਾ ਅਸਲ ਦੇ ਵਿੱਚ ਹੈ ਕੀ ਹੈ। ਹਮਲਾਵਰਾਂ ਨੇ ਬਾਬਾ ਗੁਰਦੀਪ ਸਿੰਘ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਦੋਂ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਸਵੇਰ ਵੇਲੇ ਤੜਕੇ ਵੇਲੇ ਵਾਪਸ ਆ ਰਹੇ ਸਨ। ਗੁਰਦੀਪ ਸਿੰਘ ਦੇ 5 ਤੋਂ 6 ਗੋਲੀਆਂ ਕਰੀਬ ਲੱਗੀਆਂ ਸਨ, ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਮੌਕੇ 'ਤੇ ਗੁਰਦੀਪ ਸਿੰਘ ਦੀ ਮੌਤ ਹੋ ਗਈ ਸੀ ਗੋਲੀਆਂ ਲੱਗਣ ਦੇ ਨਾਲ, ਨਾ ਕਿ ਉਹਨਾਂ ਦੇ ਨਾਲ ਛੋਟੀ ਬੱਚੀ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੀਗੀ, ਬਹੁਤ ਛੋਟੀ ਬੱਚੀ ਸੀਗੀ ਜਿਹਨੂੰ ਬਹੁਤ ਜ਼ਿਆਦਾ ਨਹੀਂ ਪਤਾ, ਨਹੀਂ ਦੱਸ ਸਕਦੀ ਕੀ ਹੋਇਆ, ਪਰ ਉਹ ਵੀ ਉਹਨਾਂ ਦੇ ਨਾਲ ਸੀਗੀ। ਹਮਲਾਵਰਾਂ ਬਾਰੇ ਅਜੇ ਤੱਕ ਦੱਸ ਦਈਏ ਕੋਈ ਜਾਣਕਾਰੀ ਨਹੀਂ ਮਿਲ ਸਕੀ ਕੌਣ ਲੋਕ ਸਨ, ਕਿਹਨਾਂ ਨੇ ਗੋਲੀਆਂ ਵਰਾ ਦਿੱਤੀਆਂ। ਅਜੇ ਤੱਕ ਕੋਈ ਵੀ ਗ੍ਰਿਫਤਾਰੀ ਵੀ ਨਹੀਂ ਹੋਈ ਹੈ ਇਸ ਮਸਲੇ ਦੇ ਵਿੱਚ, ਅਜੇ ਤੱਕ ਜਾਣਕਾਰੀ ਨਹੀਂ, ਕੋਈ ਗ੍ਰਿਫਤਾਰੀ ਨਹੀਂ। ਬਾਬਾ ਗੁਰਦੀਪ ਸਿੰਘ 1 ਜਨਵਰੀ ਦੀ ਸ਼ਾਮ ਦੱਸ ਦਈਏ ਕਿ ਗੁਰੂ ਘਰ ਤੋਂ ਵਾਪਸ ਆ ਰਹੇ ਸਨ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ 1 ਮੋਡਿਊਲ 5.5 ਬੈਂਡ ਹੋਣ ਕਰਕੇ ਸੁਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ, ਹੁਣੇ ਕਾਲ ਕਰੋ 90 419 90 419।